ਬਠਿੰਡਾ। ਅੱਜ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਇਤਿਹਾਸਕ ਗੁਰੂ ਘਰ ਬਾਰੇ ਤੁਹਾਨੂੰ ਦੱਸਾਂਗਾ। ਇੱਥੇ ਆਉਣ ਵਾਲੀ ਸਾਰੀ ਸੰਗਤ ਦੀ ਇੱਛਾ ਪੂਰੀ ਹੁੰਦੀ ਹੈ। ਗੁਰਦੁਆਰਾ ਹਾਜੀ ਰਤਨ ਸਾਹਿਬ ਦਾ ਨਾਮ ਬਾਬਾ ਰਤਨ ਹਾਜੀ ਦੇ ਨਾਮ ਉੱਪਰ ਪਿਆ ਹੈ, ਜੋ ਕਿ ਇੱਕ ਹਿੰਦੂ ਸਨ। ਇਸ ਜਗ੍ਹਾ ਦੇ ਉੱਤੇ ਹਾਜੀ ਰਤਨ ਸਾਹਿਬ ਗੁਰਦੁਆਰਾ ਸਾਹਿਬ ਸਥਿਤ ਹੈ। ਇਤਿਹਾਸਕਾਰਾਂ ਦੇ ਅਨੁਸਾਰ ਇਸ ਜਗ੍ਹਾ ਉੱਪਰ ਬਾਬਾ ਹਾਜੀ ਰਤਨ ਦਾ ਡੇਰਾ ਹੁੰਦਾ ਸੀ। 21 ਜੂਨ 1706 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਪੁੱਚੋ ਪਿੰਡ ਭਾਗੂ ਹੁੰਦੇ ਹੋਏ ਬਠਿੰਡਾ ਪਹੁੰਚੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਤਨ ਹਾਜੀ ਨੂੰ ਬੁਲਾ ਕੇ ਉਹਨਾਂ ਨਾਲ ਬਚਨ ਸਾਂਝੇ ਕੀਤੇ ਗਏ। ਹੁਣ ਇਸ ਸਥਾਨ ਉੱਪਰ ਗੁਰਦੁਆਰਾ ਹਾਜੀ ਰਤਨ ਸਾਹਿਬ ਸੁਸ਼ੋਭਿਤ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਘਰਸ਼ ਦੇ ਦੌਰਾਨ ਸਿੱਖਾਂ ਨੂੰ ਇੱਥੇ ਆ ਕੇ ਹੌਸਲਾ ਦਿੱਤਾ ਅਤੇ ਬਹਾਦਰੀ ਨਾਲ ਲੜਨ ਦਾ ਹੁਕਮ ਦਿੱਤਾ। ਇੱਥੇ ਦੇ ਦ੍ਰਿਸ਼, ਬੋਲੀਆਂ, ਰਸਮਾਂ ਹਰੇਕ ਯਾਤਰੀ ਨੂੰ ਸਿੱਖ ਧਰਮ ਦੀ ਮਹਾਨਤਾ ਦੀ ਯਾਦ ਦਿਵਾਉਂਦੀਆਂ ਨੇ। ਹਾਜੀ ਰਤਨ ਗੁਰਦੁਆਰਾ ਸਾਹਿਬ ਦਾ ਸ਼ਾਨਦਾਰ ਮੰਦਰ ਸਿਮਰਨ ਅਤੇ ਕੀਰਤਨ ਦੇ ਰੂਹਾਨੀ ਸਥਾਨ ਨੂੰ ਇੱਕ ਆਤਮਕ ਤਾਕਤ ਦਿੰਦਾ ਹੈ। ਇੱਥੇ ਹਰ ਸਾਲ ਹਜ਼ਾਰਾਂ ਸੰਗਤਾਂ ਆ ਕੇ ਆਪਣੀ ਸਿੱਖੀ ਦੀ ਵਿਰਾਸਤ ਨੂੰ ਨਮਨ ਕਰਦੀਆਂ ਨੇ। ਅਸੀਂ ਤੁਹਾਨੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਇਸ ਅਨੋਖੇ ਇਤਿਹਾਸ ਨੂੰ ਸਾਂਝਾ ਕਰਨ ਦੇ ਲਈ, ਲੋਕਾਂ ਦੇ ਵਿੱਚ ਸ਼ੇਅਰ ਕਰਨ ਦੇ ਲਈ ਆਖ ਰਹੇ ਹਾਂ ਅਤੇ ਤੁਸੀਂ ਇਸ 'ਤੇ ਕਮੈਂਟ ਵੀ ਕਰੋ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ।